ਉਹ ਹੋਰ ਫਿਰ ਉਹ ਤਿੰਨ ਬਾਂਦਰਾਂ ਦਾ ਕੀ ਹਾਲ ਹੈ? ਲੈ ਅਸੀਂ ਕਿਹੜਾ ਡੇਅਰ ਪਾਰਕ ਦੇ ਚੌਂਕੀਦਾਰ ਆ ਜਿਹੜਾ ਸਾਨੂੰ ਬਾਂਦਰਾਂ ਦਾ ਪਤਾ ਹੋ? ਕਮਲੀਏ, ਇਹ ਤਾਂ ਆਪਣੇ ਕਾਲਜ ਵਾਲੇ ਤਿੰਨ ਬਾਂਦਰਾਂ ਦੀ ਗੱਲ ਕਰਦੇ ਨੇ। ਤੇ ਹੋਰ ਉਹਨਾਂ ਨਾਲ ਵਿਹਲਾ ਵੀ ਕਿਹੜਾ ਹੋਊ? ਉਹ ਬੰਬੇ ਵਾਲੀ ਕੀ? ਓਹੋ, ਉਧਰ ਵੇਖ। ਹਾਈ ਚਿੰਕੀ ਪਿੰਕੀ। ਹਾਈ ਗੈਰੀ। ਹੋਰ ਜੀ, ਕਿਵੇਂ ਹੋ? ਬਸ ਵਧੀਆ ਜੀ, ਮੈਂ ਸਾਰਿਆਂ ਨੂੰ ਕਹਿਤਾ, ਬਸ ਤੁਸੀਂ ਰਹਿ ਗਏ। ਤੇ ਸਾਨੂੰ ਵੀ ਕਹਿ ਦਿਓ, ਕੱਲ ਮੇਰਾ ਬਰਥਡੇ ਹੈ ਤੇ ਤੁਸੀਂ ਸਾਰੇ ਨੇ ਜ਼ਰੂਰ ਆਉਣਾ। ਤੇ ਹੋਰ ਜੀ, ਤੇ ਚਿੰਕੀ ਪਿੰਕੀ ਤੁਸੀਂ ਵੀ ਜ਼ਰੂਰ ਆਇਓ। ਹਾਂ, ਤੁਸੀਂ ਬੁਲਾਓ ਤੇ ਅਸੀਂ ਨਾ ਜੀ ਆਵਾਂਗੇ। ਜੀ ਆਵਾਂਗੇ। ਓਕੇ, ਬਾਏ ਬਾਏ ਬਾਏ। ਜੇ ਬੰਬੇ ਵਾਲੀ ਬੁਲਾਏ ਤੇ ਗੈਰੀ ਜੀ ਨਾ ਜਾਣ, ਇਹ ਕਿਵੇਂ ਹੋ ਸਕਦਾ ਹੈ? ਉਹ ਬਸ ਕਰੋ ਚਿੰਕੀ ਪਿੰਕੀ, ਮਜ਼ਾਕ ਕਰਨਾ। ਮੈਡਮ ਨੇ ਉਹ ਤਿੰਨ ਬਾਂਦਰਾਂ ਨੂੰ ਵੀ ਬੁਲਾਇਆ ਹੋਣਾ। ਉਹਨਾਂ ਨੂੰ ਐਸਾ ਮਜ਼ਾ ਚਖਾਓ ਕਿ ਬਾਂਦਰ ਟਪੂਸੀ ਮਾਰਨਾ ਭੁੱਲ ਜਾਣ। ਕੀ ਮਤਲਬ? ਉਹ ਲੱਸੀ ਕਰ ਦਿਓ, ਲੱਸੀ। ਦੇਖ ਪਿੰਕੀ, ਦਿਖਾ ਚਿੰਕੀ, ਤੈਨੂੰ ਇੱਕ ਗੱਲ ਦੱਸਣੀ ਸੀ। ਅੱਛਾ, ਕਿਹਦੇ ਬਾਰੇ? ਉਹੀ ਆਪਣੀ ਬੰਬੇ ਵਾਲੀ ਮੈਡਮ ਦੀ। ਅੱਛਾ, ਕੀ ਦੱਸਣਾ ਸੀ? ਆਹੀ ਕਿ ਮੈਡਮ ਨੂੰ ਅਮਿਤਾਭ ਬੱਚਨ ਬਹੁਤ ਪਸੰਦ ਨੇ। ਓਹੋ, ਲੱਗਦਾ ਮੈਡਮ ਬੱਚਨ ਸਾਹਿਬ ਦੇ ਬਹੁਤ ਹੀ ਵੱਡੇ ਫੈਨ ਨੇ। ਓਹੋ, ਮੈਡਮ ਤਾਂ ਵਿਆਹ ਕਰਾਉਣ ਨੂੰ ਫਿਰਦੇ ਨੇ ਉਸ ਬੰਦੇ ਨਾਲ ਜਿਹਦਾ ਅੰਦਾਜ਼ ਅਮਿਤਾਭ ਬੱਚਨ ਵਰਗਾ ਹੋਵੇ। ਕਿਹੜਾ ਅੰਦਾਜ਼? ਓਹੋ, ਉਹਨਾਂ ਦੇ ਬੋਲਣ ਦਾ। ਏ ਭਾਈ ਸਾਹਿਬ, ਭਾਈ ਸਾਹਿਬ, ਜ਼ਰਾ ਇਹ ਗਾੜੀ ਸਾਈਡ ਪੇ ਕੀਜੀਏਗਾ, ਹਾਂ ਪਲੀਜ਼। ਤੇ ਹੋਰ ਉਹਨਾਂ ਦੇ ਖੜੇ ਹੋਣ ਦਾ ਅੰਦਾਜ਼। ਅੱਛਾ, ਹੋਰ ਉਹਨਾਂ ਦੇ ਐਂਗਰੀ ਯੰਗ ਮੈਨ ਵਾਲਾ ਅੰਦਾਜ਼। ਏ ਸਾਲਾ, ਕਿੰਨੀ ਦਫਾ ਤੁਮੇ ਬੋਲਾ? ਬੱਚਨ ਸਾਹਿਬ ਦੇ ਫੈਨ ਹੋਣ ਵੀ ਕਿਉਂ ਨਾ, ਉਹ ਤਾਂ ਗਾਉਂਦੇ ਵੀ ਨੇ। ਰੰਗ ਬਰਸੇ ਭੀਗੇ ਚੁਨਰ ਵਾਲੀ, ਰੰਗ ਬਰਸੇ। ਤੈਨੂੰ ਪਤਾ ਮੈਡਮ ਨੇ ਸਾਨੂੰ ਏਦਾਂ ਦੇ ਅੰਦਾਜ਼ ਵਾਲਾ ਬੰਦਾ ਲੱਭਣ ਨੂੰ ਕਿਹਾ। ਤੇ ਏਦਾਂ ਦਾ ਬੰਦਾ ਲੱਭੂਗਾ ਕਿੱਥੋਂ? ਆਪਾਂ ਕਾਲਜ ਚ ਅਨਾਉਂਸ ਕਰ ਦਿੰਨੇ ਆ। ਹੇ ਚਿੰਕੀ ਪਿੰਕੀ, ਜ਼ਰਾ ਯਹਾਂ ਆਈਏ। ये तुम दोनों के लिए एक एक चॉकलेट ले लेना। चिंकी, आज भी डिगे हुए पैसे नहीं चकदी। हैं 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 बंदा बचन ते करदा दस बस। कोई बात नहीं। ये बस एक बात का ध्यान रखना, ये जो अमिताभ बच्चन वाली बात है ये यहीं पर दब जाए। एक्टर होवे ता जिमी वर्गा, नहीं ता होवे ही ना। चलो चलो अग्गे चलो, आज मेरे को खुला नहीं है। ओहो, आज केड़ा शनिवार है जेड़ा असी मंगन आए हां। ते की पाल दे ओ? ओहो, मैं क्या मैडम कहंदी सी ਵੀ ਉਹਨੂੰ ਆਪਣੀ ਫਿਲਮ ਦਾ ਐਕਟਰ ਮਿਲ ਗਿਆ। ਹੈ ਕੌਣ? ਮੈਡਮ ਦੀ ਜ਼ਬਾਨ ਤੇ ਤਾਂ ਇੱਕੋ ਹੀ ਨਾਮ ਸੀ, ਜਿੰਮੀ ਜਿੰਮੀ ਜਿੰਮੀ। ਨਾਲੇ ਤੂੰ ਤਾਂ ਜਮਾ ਹੀ ਐਕਟਰ ਲੱਗਦਾ। ਉਧਰ ਵੇਖ ਲੋ, ਇੱਕ ਬੇਸੁਰਾ ਇੱਕ ਨਚੇੜਾ। ਲੇਕਿਨ ਤੁਸੀਂ ਲੋਕ ਮਜ਼ਾਕ ਤੇ ਨਹੀਂ ਕਰ ਰਹੇ? ਝੂਠ ਤੇ ਨਹੀਂ ਕਹਿ ਰਹੇ ਮੈਨੂੰ? ਝੂਠ ਬੋਲੇ ਕੌਆ ਕਾਟੇ। ਤੁਸੀਂ ਮੈਨੂੰ ਇੰਨਾ ਖੁਸ਼ ਕਰਤਾ ਅੱਜ ਕਿ ਜਿੰਮੀ ਅੱਜ ਦਿਲ ਖੋਲ ਕੇ ਤੁਹਾਨੂੰ 10 ਰੁਪਏ ਦੇਗਾ ਤੇ ਤੁਸੀਂ ਜਾ ਕੇ ਦੋ ਦੋ ਚਾਕਲੇਟਾਂ ਖਾ ਲੈਣਾ। ਮੈਂ ਜਾ ਰਿਹਾ ਆਪਣੀ ਫਿਲਮ ਦੀ ਤਿਆਰੀ ਕਰਨ। ਇੱਕ ਮਿੰਟ, ਐਡੀ ਵੱਡੀ ਖਬਰ ਤੇ ਚਾਕਲੇਟ ਸਿਰਫ ਦੋ? ਬੜੀ ਨਾਇਨਸਾਫੀ ਹੈ। ਕਿਉਂ ਪਿੰਕੀ? ਹਾਂ ਚਿੰਕੀ, ਘੱਟ ਤੋਂ ਘੱਟ ਤਿੰਨ ਤਿੰਨ ਤਾਂ ਬੰਦੀਆਂ ਹੀ ਨੇ। ਨਹੀਂ ਤਾਂ ਚੱਲਦੇ ਆ ਗੈਰੀ ਕੋਲ। ਗੈਰੀ ਗੈਰੀ ਦੇ ਨਾਂ ਤੇ ਫੇਰ ਲੋ ਤੁਸੀਂ ਤਿੰਨ ਤਿੰਨ ਖਾਓ, ਡਫੋ। ਪਰ ਨਾ ਮੈਡਮ ਦੀ ਨਾ ਇੱਕ ਡਿਮਾਂਡ ਹੈ ਕਿ ਉਹਨਾਂ ਦੀ ਫਿਲਮ ਦਾ ਹੀਰੋ ਰੋਮਾਂਟਿਕ ਜਿਹਾ ਹੋਣਾ ਚਾਹੀਦਾ ਹੈ। ਓ, ਉਹਦੇ 'ਚ ਕੋਈ ਗੱਲ ਨਹੀਂ, ਮੈਂ ਤੇ ਜਦ ਰੋਣਾ ਤਦ ਵੀ ਬੜਾ ਰੋਮਾਂਟਿਕ ਲੱਗਣਾ। ਫੁਕਰਾ ਜਿਹਾ। ਓਏ, ਇਹਦੇ ਕਹਿਣ ਦਾ ਮਤਲਬ ਹੈ ਵੀ ਮੈਡਮ ਨੂੰ ਨਾ ਜਮਾਈ ਦੇਵਾਨੰਦ ਵਰਗੇ ਮੁੰਡੇ ਦੀ ਤਲਾਸ਼ ਹੈ। ਓ ਯਾਰ, ਉਹਦੇ 'ਚ ਵੀ ਕੀ ਗੱਲ ਹੈ ਦੇਵ ਸਾਹਿਬ, ਮੈਂ ਤੇ ਬਚਪਨ ਤੋਂ ਹੀ ਉਹਨਾਂ ਵਰਗਾ। ਅੱਛਾ, ਮੈਨੂੰ ਤੁਸੀਂ ਡਿਸਟਰਬ ਨਾ ਕਰੋ, ਮੈਂ ਜਾ ਰਿਹਾ ਹੁਣ ਜ਼ਰਾ ਤਿਆਰੀ ਕਰਨ। ਦੇਵ,
मुंडा होवे होवे करन वर्गा सोना ते सुनखा ते पिछे कुड़िया ने लखा। ओ हेलो, इधर किधर बूथा चक्या? जाओ जाके गैरी दी चमचा गिरी करो, जाओ। तो लगदा तारीफ सुनन दी आदत नहीं हैगी, क्यों पिंकी? हाँ चिंकी, असी ता करन नु अपना दोस्त समझ के कोई खास गल दसन आए सी, है ना चिंकी? हाँ पिंकी, खास गल, ओ भी बॉम्बे वाली मैडम दी। बॉम्बे वाली मैडम दी की गल की सी? रहन दे, हुन ता आपा क्यारी नु ही दसांगे। गल ता सुनो, देखो जे बॉम्बे वाली मैडम दी गल है ना, तो तुहाडियां दो दो दोनों दी चॉकलेटा पक्की है। जे गल चॉकलेटा दी है ना, ते तीन चॉकलेटा ते मकानी पैनी है। हाँ चिंकी, तीन ते चॉकलेट बंदियां ही ने। ओहो, तीन ले लियो भुख के पाई आ। पर गल बॉम्बे वाली मैडम बारे गल दसो। गल ऐदा आ किदा कि मैडम नु ना सनी ते बॉबी दे डैडी जी बड़े पसंद ने। की अब की मतलब? मतलब धर्मिंदर पाजी हट्टे ते कट्टे। पर यार वो तो बुड्ढे हो गए ने। ओहो, जवानी च ता जवान ही सी ना। आपा सोचा धर्मिंदर पाजी वर्गा ता इक्को ही मुंडा आ, क्यों पिंकी? हाँ चिंकी, ते वैसे भी धर्मिंदर पाजी वर्गा मैं डांस भी कर लेना। चट यमला पगला दीवाना के रब्बा इतनी सी बात न जाना के